फगवाड़ा विखे भाजपा वर्करा वालों कारपोरेशन दफ्तर विच पहुंच के उत्थे जारी किए गए नक्शे का विरोध किया गया। उन्होंने वालों दोष लाया गया कि जिस वार्ड च जनरल लोग रहिंदे हन उह भी एसी ऐलान दिते गए हन। देखो पूरा मामला इस वीडियो के अंदर। वतन की राहे तो ध्रुव कलूचा की रिपोर्ट। अज असी माननीय सोमराज कैन जी नीता सोमराज के सारी भारतीय जनता पार्टी टीम मंडल प्रधान के हेठ सारे इतने अहुदेदार आए हैं। सारे कौंसल ने इलेक्शन लड़ना, कुछ कौंसलर साढ़े जिहड़े अपने काम च बिजी आ नहीं आ सके। 50 दे 50 वार्ड असी इलेक्शन लड़ांगे। और जिहड़ा आ सरकार जिहड़ी मान सरकार आ जिन्होंने फगवाड़े 50 दे 50 वार्ड जिहड़े छेड़ते गए, और जो लगता सी ਵੀ ਸਾਡੇ ਮਾਨਯੋਗ ਸੋਮ ਪ੍ਰਕਾਸ਼ ਕੈਨ ਜੀ ਨੇ ਜੋ ਇਲੈਕਸ਼ਨ ਕਰਾਏ ਸੀ ਉਹਦਾ 10 ਸਾਲ ਟਰਨ ਬੰਦੀ ਸੀ, ਕਿਉਂਕਿ ਇਹ ਨਹੀਂ ਹੁੰਦਾ ਵੀ 5 ਸਾਲ ਚੁਣਾਵ ਹੋ ਜਾਣ ਅਗਲੀ 5 ਸਾਲ ਫੇਰ ਵਾਰਡਬੰਦੀ ਕੀਤੀ ਜਾਵੇ। ਸਰਕਾਰ ਜਿਹੜੀ ਇੱਥੇ ਦੀ ਮਾੜੀ ਆ, ਅਫਸਰ ਵੀ ਇੱਥੇ ਦੇ ਮਾੜੇ ਆ, ਉਹ ਚਾਹੁੰਦੇ ਹੀ ਨਹੀਂ ਇੱਥੇ ਚੁਣਾਵ ਹੋਣ। ਮੈਂ ਸਪਸ਼ਟ ਕਹਿੰਦਾ ਕਿ ਜਿਨ੍ਹਾਂ ਨੇ ਵਾਰਡਬੰਦੀ ਅਫਸਰਾਂ ਨੇ ਕੀਤੀ ਆ, ਜਿਨ੍ਹਾਂ ਨੇ ਨਕਸ਼ੇ ਬਣਾਏ ਆ, ਜਿਨ੍ਹਾਂ ਨੇ ਚਾਹੁੰਦੇ ਹੀ ਨਹੀਂ ਵੀ ਫਗਵਾੜੇ ਦਾ ਵਿਕਾਸ ਹੋਵੇ, ਇਲੈਕਸ਼ਨ ਹੋਵੇ, ਕਾਰਪੋਰੇਸ਼ਨ ਬਣੇ, ਅਫਸਰ ਚਾਹੁੰਦੇ ਵੀ ਸਾਡੀ ਅਫਸਰਸ਼ਾਹੀ ਰਹੇ, ਹੋਰ ਇੱਥੇ ਕੋਈ ਆਵੇ ਨਾ, ਨਾ ਕੌਂਸਲਰ ਆਵੇ, ਨਾ ਕੋਈ ਆਵੇ, ਨਾ ਮੇਅਰ ਆਵੇ। ਮਤਲਬ ਇਹ ਚਾਹੁੰਦੇ ਆ ਵੀ ਅਸੀਂ ਰਾਜ ਕਰੀਏ ਕਾਰਪੋਰੇਸ਼ਨ ਦੇ ਵਿੱਚ। ਇਹ ਜੋ ਇੱਥੇ ਦੇ ਆਪਣੇ ਕਮਿਸ਼ਨਰ ਮੈਡਮ ਸਾਰੇ ਜਿੰਨਾ ਸਟਾਫ ਆ, ਜਿਨ੍ਹਾਂ ਨੇ ਨਕਸ਼ਿਆਂ ਦਾ ਧਾਂਦਲੀ ਕੀਤੀ ਆ, ਦੇਖੋ ਜਨਰਲ ਵਾਰਡ ਜਿੱਥੇ ਅਸੀਂ ਹੈ ਹੀ ਨਹੀਂ 2-3% ਦਾ, ਉੱਥੇ ਵੀ ਤੁਸੀਂ ਐਸੀ ਵਾਰਡ ਕਰਦੇ ਹੋ ਜਿੱਥੇ ਐਸੀ ਆ ਉੱਥੇ ਤੁਸੀਂ ਜਨਰਲ ਕਰਦਾ। ਸਮਝ ਨਹੀਂ ਲੱਗਦੀ ਇਹ ਕਾਰਪੋਰੇਸ਼ਨ ਜਿਹੜੀ ਫਗਵਾੜੇ ਦੀ ਇਹ ਕਿੱਦਾਂ ਚੱਲੂਗੀ, ਕਿੱਦਾਂ ਚੁਣਾਵ ਕਰਾਊਗੀ। ਸਰਕਾਰ ਜਿਹੜੀ ਮਾਨ ਸਰਕਾਰ ਫੇਲ ਆ, ਇਹ ਸਾਰੇ ਹੀ ਦੇਖ ਲਓ 1.5 ਸਾਲ ਦੇ ਵਿੱਚ ਲੋਕੀ ਇਹਨਾਂ ਤੋਂ ਦੁਖੀ ਆ। ਅੱਜ ਸਾਰਾ ਸ਼ਹਿਰ ਦੁਖੀ, ਜਨਰਲ ਸਮਾਜ ਇੰਨਾ ਦੁਖੀ ਆ। ਤੁਸੀਂ ਦੇਖੋ ਵੀ ਸ਼ਹਿਰ ਚ ਕਿੰਨੀ ਵੋਟ ਹੁੰਦੀ ਆ, ਸਾਰੀ ਜਨਰਲ ਸਮਾਜ ਦੀ ਵੋਟ ਹੁੰਦੀ ਆ। ਜੇ ਤੁਸੀਂ ਜਨਰਲ ਸਮਾਜ ਨੂੰ ਐਸੀ ਕਰ ਦੋਗੇ ਕਿੰਨੀ ਮਾੜੀ। ਅੱਜ ਲੋਕ ਚਾਹੁੰਦੇ ਆ ਵੀ ਜਦੋਂ ਇਲੈਕਸ਼ਨ ਹੋਊਗੇ ਇਹਨਾਂ ਨੂੰ ਵੜਨ ਤੱਕ ਨਹੀਂ ਵਾਰਡਾਂ ਦੇਣਾ। ਬੀਬੀਆਂ ਤਿਆਰ ਖੜੀਆਂ। ਮੈਂ ਅੱਜ ਸਾਰੇ ਹੀ ਅਸੀਂ ਅਹੁਦੇਦਾਰ ਅਸੀਂ ਅੱਜ ਜਿਹੜੇ ਇਤਰਾਜ਼ ਆ ਦੇ ਰਹੇ ਹਾਂ, ਸਾਡੇ ਮੰਤਰੀ ਸੋਮ ਪ੍ਰਕਾਸ਼ ਜੀ ਕੈਂਤ ਜਿਹੜੇ ਸੀਨੀਅਰ ਸਾਡੇ ਕੇਂਦਰ ਦੇ ਮੰਤਰੀ ਹਨ, ਉਹਨਾਂ ਨੂੰ ਪਤਾ ਇੱਥੇ ਦੇ ਚੁਣਾਵ ਕਿੱਦਾਂ ਕਰਾਉਣੇ। ਅੱਗੇ ਵੀ ਕਰਾਏ ਸੀ, ਅੱਗੇ ਵੀ ਧਾਂਦਲੀ ਕੀਤੀ ਸੀ ਇਹਨਾਂ ਨੇ, ਸਸਪੈਂਡ ਕੀਤੇ ਸੀ। ਹੁਣ ਵੀ ਜਿਹੜੇ ਬੰਦਿਆਂ ਨੇ ਨਕਸ਼ਿਆਂ ਦੇ ਵਿੱਚ ਔਰ ਵਾਰਡਬੰਦੀ ਦੇ ਵਿੱਚ ਧਾਂਦਲੀ ਕੀਤੀ, ਗਲਤ ਕੀਤੇ ਜਿਹੜੇ ਵਾਰਡ, ਕਿਹਦੇ ਕਹਿਣ ਤੇ ਕਿਹਦੇ ਇਸ਼ਾਰੇ ਤੇ ਕੀਤੇ, ਕਿਹਦੇ ਅਫਸਰ ਦੇ ਕੀਤੇ, ਉਹਨਾਂ ਤੇ ਅਸੀਂ ਕਾਰਵਾਈ ਕਰਾਂਗੇ। ਔਰ ਮਾਨ ਸਰਕਾਰ ਜਿਹੜੀ ਇਹ ਫੇਲ ਆ। ਮੈਂ ਅੱਜ ਦੇ ਦਿਨ ਤੇ ਸਾਰੇ ਕਾਰਿਆਕਰਤਾ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਜ਼ੋਰ ਸ਼ੋਰ ਨਾਲ ਇਲੈਕਸ਼ਨ ਦੇ ਵਿੱਚ ਤਿਆਰੀ ਕਰਨੀ ਆ। ਔਰ ਅਸੀਂ ਚਾਹੁੰਦੇ ਹਾਂ ਵੀ ਜੇ ਤਾਂ ਇਹ ਵਾਰ ਸਹੀ ਕਰ ਦੇਣ ਤਾਂ ਇਲੈਕਸ਼ਨ ਕਰਾਉਣਾ ਚਾਹੁੰਦੇ ਤਾਂ ਕਰ ਦੇਣ, ਨਹੀਂ ਤਾਂ ਵੀ ਅਸੀਂ ਕੋਰਟ ਦਾ ਅਦਾਰਾ ਲਵਾਂਗੇ। ਧੰਨਵਾਦ। ਹਾਂਜੀ, ਦੁਖੀ ਮਨ ਦੇ ਨਾਲ ਅਸੀਂ ਸਾਰੇ ਅੱਜ ਇੱਥੇ ਆਏ ਹਾਂ, ਕਿਉਂਕਿ ਸਾਡਾ ਜਿਹੜਾ ਫਗਵਾੜੇ ਦੇ ਅੰਦਰ ਆਪਸੀ ਭਾਈਚਾਰਾ ਆ, ਇਹ ਸਰਕਾਰ ਉਹਨੂੰ ਤੋੜਨਾ ਚਾਹੁੰਦੀ ਆ। ਅਸੀਂ ਨਹੀਂ ਚਾਹੁੰਦੇ ਕਿ ਸਾਡਾ ਆਪਸੀ ਭਾਈਚਾਰਾ ਟੁੱਟੇ। ਹਰ ਕੀਮਤ ਦੇ ਵਿੱਚ ਅਸੀਂ ਚਾਹੁੰਦੇ ਕਿ ਅਸੀਂ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਸ਼ਹਿਰ ਵਾਸੀ ਚੱਲੀਏ। ਇਹਨਾਂ ਨੇ ਸਾਡੇ ਵਾਰਡਾਂ ਦਾ ਜੋ ਹਾਲ ਕੀਤਾ ਆ, ਜਿੱਦਾਂ ਮੇਰਾ ਵਾਰਡ ਆ, ਮੇਰੇ ਵਾਰਡ ਦੇ ਵਿੱਚ 11 ਏਰੀਏ ਪੈਂਦੇ ਸੀਗੇ ਮੁਹੱਲੇ, ਇਹਨਾਂ ਨੇ 11 ਦਾ 11 ਇੱਕ ਸਾਈਡ 'ਤੇ ਕਰ ਦਿੱਤਾ, ਕੋਈ ਇੱਕ ਸਾਈਡ 'ਤੇ ਕਰ ਦਿੱਤਾ, ਇੱਕ ਸੂਦਾ ਮੁਹੱਲਾ ਜਿੱਥੇ ਮੇਰੇ ਰਿਹਾਇਸ਼ ਆ ਉਹ ਮੁਹੱਲਾ ਇਹਨਾਂ ਨੇ ਸਿਰਫ ਉਹਦੇ ਵਿੱਚ ਇੱਕ ਘਰ ਐਸਾ ਜਿਹੜਾ ਬੀਸੀ ਹੈ ਉਹਨੂੰ ਚੱਕ ਕੇ ਇਹਨਾਂ ਨੇ ਅਣਖੀ ਨਗਰ ਦੇ ਵਿੱਚ ਪਾ ਕੇ ਐਸੀ ਵਾਰਡ ਦੇ ਵਿੱਚ ਪਾ ਦਿੱਤਾ। ਮੈਨੂੰ ਨਹੀਂ ਸਮਝ ਆਉਂਦੀ ਨਕਸ਼ੇ ਬਣਾਉਣ ਵਾਲੇ ਨੇ ਕੀ ਸੋਚਿਆ, ਕੀ ਸਾਡੇ ਫਗਵਾੜੇ ਦਾ ਉਹਨਾਂ ਨੇ ਹਾਲ ਕੀਤਾ। ਮੈਂ ਫਿਰ ਮਾਨਯੋਗ ਆਪਣੇ ਸੁੰਪਰਾਜ ਨੂੰ ਕਹੂੰਗਾ ਕਿ ਇਹ ਜਿਹੜੀ ਵਾਰਡਬੰਦੀਆਂ ਹੋਈਆਂ ਇੱਥੇ ਜਿੱਦਾਂ ਮਰਜ਼ੀ ਦਿਲ ਜੀ ਜਾਨ ਲਾ ਕੇ ਇਹਨੂੰ ਰੋਕਿਆ ਜਾਵੇ। ਅਤੇ ਜੋ ਹਾਈਕੋਰਟ ਦਾ ਆਰਡਰ ਸੀ ਪਿਛਲਾ ਕਿ ਜਿਹੜੀਆਂ ਵੋਟਾਂ ਇੱਧਰ ਉੱਧਰ ਹੋਈਆਂ ਸੀ ਉਹ ਵੋਟਾਂ ਦੁਬਾਰਤਾ ਲਿਸਟ ਦੇ ਵਿੱਚ ਲਿਆ ਕੇ ਵੋਟਾਂ ਕਰਾਈਆਂ ਜਾਣ, ਉਹੀ ਆਧਾਰ ਦੇ ਉੱਤੇ ਆਪਣੇ ਵੋਟਾਂ ਹੋਣ, ਨਾ ਕਿ ਵਾਰਡਬੰਦੀ ਚੇਂਜ ਹੋਵੇ। ਜਿਹੜੀਆਂ ਵੋਟਾਂ ਇੱਧਰ ਉੱਧਰ ਸੀ ਉਹਨੂੰ ਠੀਕ ਕਰਕੇ ਜੋ ਧਾਰੀਵਾਲ ਸਰਕਾਰ ਨੇ ਕੀਤਾ ਸੀਗਾ, ਵੋਟਾਂ ਇੱਧਰਲੀਆਂ ਚੱਕੀਆਂ ਉੱਧਰ ਪਾਤੀਆਂ, ਉੱਧਰ ਨਹੀਂ ਚੱਕੀਆਂ ਉੱਧਰ ਪਾਤੀਆਂ, ਉਹ ਵੋਟਾਂ ਐਜ਼ ਇਟ ਇਜ਼ ਪੁਰਾਣੀ ਲਿਸਟ ਦੇ ਉੱਤੇ ਪਹੁੰਚਣ ਅਤੇ ਉਸ ਲਿਸਟ ਦੇ ਉੱਤੇ ਆਪਣੇ ਇਲੈਕਸ਼ਨ ਹੋਵੇ। ਧੰਨਵਾਦ ਆਪਣੇ ਮੰਤਰੀ ਸਾਹਿਬ ਦਾ ਜਿਹਨਾਂ ਨੇ ਸਾਨੂੰ ਜੀ ਜਾਨ ਨਾਲ ਡਟ ਕੇ ਖੜ੍ਹੇ ਹੋਣ ਲਈ ਕਿਹਾ, ਅਤੇ ਅਸੀਂ ਇਹਨਾਂ ਦੇ ਨਾਲ ਆ, ਉਹ ਸਾਡੇ ਨਾਲ ਆ, ਅਸੀਂ ਇਹਨੂੰ ਹਰ ਹਾਲਤ ਦੇ ਵਿੱਚ ਰੋਕਾਂਗੇ, ਜਿੱਦਾਂ ਵੀ ਸਾਡਾ ਜੋ ਲੂਗੋਗਾ ਲਾਵਾਂਗੇ। ਮੈਂ ਸਾਬਕਾ ਕੌਂਸਲਰ ਵਾਰਡ ਨੰਬਰ 23 ਤੋਂ ਰੀਟਾ, ਅਤੇ ਅੱਜ ਅਸੀਂ ਇਸ ਮਸਲੇ 'ਚ ਇਕੱਠੇ ਹੋਏ ਜਿਹੜੀ ਕਿ ਆਉਣ ਵਾਲੀਆਂ ਚੋਣਾਂ ਲਈ ਨਕਸ਼ਾ ਤਿਆਰ ਕੀਤਾ ਹੈ ਆਮ ਆਦਮੀ ਪਾਰਟੀ ਵੱਲੋਂ, ਇਹਦੀ ਸਰਾਸਰ ਗਲਤ ਹੈ। 2015 ਦੀਆਂ ਵੋਟਾਂ 'ਚ ਜਿਹੜਾ ਨਕਸ਼ਾ ਸੀਗਾ ਉਹੀ ਨਕਸ਼ਾ ਸਾਨੂੰ ਚਾਹੀਦਾ। ਵਿੱਚੋਂ ਮੇਰਾ 23 ਨੰਬਰ ਵਾਰਡ ਕੱਟ ਕੇ ਉਹਦੇ ਵਿੱਚੋਂ 2 ਵਾਰਡ ਬਣਾ ਦਿੱਤੇ ਗਏ ਹੈ ਨਾ ਚੱਲ ਨਾਲ, ਅਤੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦੀ ਹਾਂ ਵੀ ਇਹ ਕੇਸ
ढंग नाल इह नक्शा कढ़िया गया आ। मैं यही चाहुंदी आ कि 2015 दा जिहड़ा नक्शा सी उही नक्शा सारे वार्डां दे विच चलिया जावे ते उही वोटां चलिया जाण जिहड़ियां कि पिछली वारी कांग्रेस सरकार ने अदला बदली कीती सी, उह सही करके उही नक्शा चलाया जावे। धन्नवाद जी। मेरा नाम कृष्णा देवी, शामनगर तो असीं बोलदे आ। इत्थे आए आ सी इस मसले ते जिहड़ियां कि अज कारपोरेशन दीआं चोणां होण जा रहीआं उहदे संबंध विच जो नक्शा लगाया उस नक्शे विच जी साडे महल्ले दे 4 तों लै के 9-10 नंबर गली तक सारीआं गलीआं कट दित्तीआं गईआं, सानूं कारपोरेशन तों बाहर कर दित्ता गया। असीं पुछणा चाहुंदे आ कि जिहड़ीआं 2015 विच चोणां होईआं सीगीआं उस समें असीं कारपोरेशन दे अंदर सीगे, हुण असीं कारपोरेशन दे बाहर किद्दां हो गए? साढ़े घर साढ़े बच्चे कितने जाएंगे? जिहड़ीआं सानूं सहूलतां आ उह सानूं मिल रही आ, साढ़े सीवरेज पे आ, साढ़े जो ग्रांडा लग रही आ उह कारपोरेशन वालों लग रही आ, ते साडा महला अज कारपोरेशन तो बाहर किदां हो गया? सानूं इस चीज़ का जवाब चाहिए सरकार कोलों। जिन्हें भी ये नक्शा बनाया आ सानूं उहदे कोलों जवाब चाहिए कि कोई तो तुसीं ये कार्रवाई करो कि देखो कहड़ा महला कित्थे आ, इहदी वोट कित्थे आ, तुसीं इदां आम जनता नूं क्यों परेशान करदे आ? असीं इस संबंध में अज इत्थे इकट्ठे होए आ ते साझे कोल मंग पत्र दित्ता आ कि यह सारी जिहड़ी आ सोध कीती जावे। सानूं सारे जिहड़ा वार्डबंदी 2015 विच सी सानूं वार्डबंदी चाहीदी आ, ते असीं उस हिसाब नाल ही असीं वोटां भी पावांगे। असीं सरकार भी चुणांगे, अपनी बीजेपी दी सरकार चुणांगे, बीजेपी दी सरकार लै के आवांगे, ते असीं दस्सांगे कि इह जिहड़े अपने काम कर रहे किदां हुंदे आ। इह थोड़ी है कि तुसीं चाके महल्ले बाहर कर दो, कारपोरेशन तों बाहर कर दो, इदां नहीं हुंदी। धन्नवाद जी।